for now. राहुल जी आप आगे बढ़ो, अरे साथ हाथ खड़े करके सारे का जवाब देना, मैं हाथ खड़े करके सारे बेनती करूंगा, चलो हम तुम्हारे साथ हैं। राहुल जी आप आगे बढ़ो, हम तुम्हारे साथ हैं। लोकतंत्र की हत्या बंद करो करो। सबने देखा जो देश की राजनीति के अंदर गिरावट आई है, जो देश के हालात पैदा हो गए हैं, ऐसा केस मानहानि का केस प्रधान जी, प्रधान जी यात्रा मोबाइल आ गया जतिन सोनी साहब, सोनी साहब थोड़े घूम जो मोबाइल, मोबाइल पीछे करना, आप पीछे मेरे बाचे बढ़ा दी, अरे बाचे बढ़ा दी, पीछे हो गया, पीछे पीछे हो गया, फोटो करा लो चोपड़ा जी, चुप आ तेरी फ्लैशा मुंह ते पैंदी आई, सोनी साहब प्लीज उस साइड ते चल जाओ। सुन, उन्होंने पहले ते जिस मकसद वास्ते साडे प्रधान जी ने साडे सूबे दे इंचार्ज हरीश जी ने जिक्र कीता, सारों नूं पहले आपां ओह करीए कि असीं शहीद ऊधम सिंह जेड़ा अंग्रेजा दे वेले तुहानू पता है बैसाखी दे दिन को तकरीबन 100 साल तो ते जेड़ा अपनी पीसफुल प्रोटेस्ट करते हुए साडे पंजाबी इत्थे एकत्रित होए सी, उहनां दी आवाज बंद करन वास्ते किन्ना ਉਹਦਾ ਬਦਲਾ ਊਧਮ ਸਿੰਘ ਜੀ ਨੇ ਕਿਸ ਤਰ੍ਹਾਂ ਇੰਗਲੈਂਡ 'ਚ ਆਈਡੀਆ ਲਗਾਉਣ ਜਾਵੇ। ਅੱਜ ਅਸੀਂ ਇੱਥੇ ਵਿਸ਼ੇਸ਼ ਤੌਰ ਸਾਰਿਆਂ ਦਾ ਇਕੱਠੇ ਹੋਣ ਦਾ ਪਰਪਸ ਹੈ ਇਸ ਮਹਾਨ ਆਈਡੀਆ ਥੋੜੀ ਥੱਲੇ ਕਰ ਲਓ ਫੇਸ ਤੇ ਆਉਂਦਾ ਯਾਰ ਗਲੋਬਲ ਵੇਖੋ ਮੈਂ ਹਜ਼ਾਰਾਂ ਲੱਖ ਗਲੋਬਲ ਵਾਲਾ ਭਾਜੀ ਥੋੜੀ ਥੱਲੇ ਕਰ ਲਓ ਯਾਰ ਫੇਸ ਤੇ ਆਉਂਦਾ ਹਾਸੀਆਂ ਤੇ ਫੰਦੇ ਕਰੇ ਬਾਹਾਂ ਦਾ ਤਾਂ ਵੱਡਾ ਤੇਰੀ ਹੈ ਢੇਲਾ ਕੱਟੀ ਨਮਾਇਆ ਰੋਲ ਇਹਦੇ ਵਿੱਚ ਪੰਜਾਬੀ ਕਾਲੇ ਪਾਣੀ ਦਾ ਭਾਵੇਂ ਸ਼ਹੀਦ ਜਸ ਭਗਤ ਸਿੰਘ ਦੀ ਗੱਲ ਰਾਜਗੁਰੂ ਜੀ ਦੀ ਸੁਖਦੇਵ ਜੀ ਦੀ ਲਾਲਾ ਲਾਜਪਤ ਰਾਏ ਜੀ ਦੀ ਊਧਮ ਸਿੰਘ ਜੀ ਦੀ ਕਰਤਾਰ ਸਿੰਘ ਸਾਹਿਬ ਜੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਲਿਸਟ ਹੈ ਅਨਸੰਗ ਹੀਰੋਜ਼ ਉਹਨਾਂ ਨੇ ਕੀਤੀ ਸਾਡਾ ਦੇਸ਼ ਆਜ਼ਾਦ ਹੋਏ ਤੇ ਆਜ਼ਾਦ ਹੋਏ ਦੇਸ਼ ਦੇ ਨਿਰਮਾਤਾ ਜਿਹੜੇ ਸਨ ਉਹਨਾਂ ਨੇ ਸੰਵਿਧਾਨ ਜਿਹੜਾ ਲੈ ਉਹਦੇ ਚ ਲੋਕਤੰਤਰ। ਅੱਜ ਮੈਂ ਆਪਣੇ ਪਾਰਟੀ ਦੇ ਪ੍ਰਧਾਨ ਨਾਲ ਸਹਿਮਤ ਕਿ ਇਸ ਟਾਈਮ ਭਾਜਪਾ ਦੀ ਸਰਕਾਰ ਦੇਖੋ ਇੱਕ ਗੱਲ ਸੁਣੋ ਪੱਕੇ ਤੌਰ ਸਾਰੇ ਹਿੰਦੁਸਤਾਨੀਆਂ ਨੂੰ ਵਿਸ਼ੇਸ਼ ਤੌਰ ਪੰਜਾਬੀਆਂ ਨੂੰ ਇਹ ਲਾਸਟ ਇਲੈਕਸ਼ਨ ਸਾਨੂੰ ਜੇ ਸਾਰੀਆਂ ਓਪੋਜੀਸ਼ਨ ਪਾਰਟੀਆਂ ਇਕੱਠੀਆਂ ਨਾ ਹੋਈਆਂ ਹਿੰਦੁਸਤਾਨੀ ਤੇ ਵਿਸ਼ੇਸ਼ ਤੌਰ ਪੰਜਾਬੀ ਤੇ ਇਸ ਕਿਸਮ ਦੇ ਜਿਸ ਕਿਸਮ ਦਾ ਸੰਵਿਧਾਨ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਜਿਹਦਾ ਨਿਰਮਾਣ ਕੀਤਾ ਸੀ ਜਿਹਦਾ ਦੇਸ਼ ਦਾ ਨਿਰਮਾਣ ਜਿਹੜਾ ਮਹਾਤਮਾ ਗਾਂਧੀ ਜੀ ਨੇ ਕੀਤਾ ਸੀ ਇੱਥੇ ਸੰਵਿਧਾਨ ਵੀ ਬਦਲੇਗਾ ਇੱਥੇ ਲੋਕਤੰਤਰ ਦੇ ਵਿੱਚ ਵੀ ਫਰਕ ਪਏਗਾ ਜਿਸ ਰਸਤੇ ਦੇ ਉੱਤੇ ਪੁਟਿਨ ਚੱਲਿਆ ਜਿਸ ਰਸਤੇ ਦੇ ਉੱਤੇ ਚਾਈਨੀਜ਼ ਪ੍ਰੈਜ਼ੀਡੈਂਟ ਚੱਲਿਆ ਜਿਹਨੇ ਆਪਣੇ ਆਪ ਨੂੰ ਸਾਰੀ ਜ਼ਿੰਦਗੀ ਵਾਸਤੇ ਪ੍ਰੈਜ਼ੀਡੈਂਟ ਐਲਾਨ ਕਰ ਲਿਆ ਇੱਥੇ ਵੀ ਕੁਛ ਤਾਕਤਾਂ ਉਸੇ ਰਸਤੇ 'ਤੇ ਚੱਲਣਾ ਜਾਣਗੀਆਂ ਤਾਂ ਅਸੀਂ ਸਾਰਿਆਂ ਨੂੰ ਸੁਚੇਤ ਕਰਨਾ ਸੀ ਇਹ ਗੁਰੂਆਂ ਪੀਰਾਂ ਪੈਗੰਬਰਾਂ ਅਤੇ ਸੂਰਬੀਰਾਂ ਦੀ ਤਰ੍ਹਾਂ ਪੰਜਾਬ ਹੀ ਹਮੇਸ਼ਾ ਮਾਰਗਦਰਸ਼ਨ ਦਿੰਦਾ ਆ ਅੱਜ ਅਸੀਂ ਇਸ ਗੱਲ ਕਰਨ ਆਏ ਹਾਂ ਦੂਜੀ ਗੱਲ ਤੁਸੀਂ ਮੈਨੂੰ ਪੰਜਾਬ ਦੇ ਹਾਲਾਤਾਂ ਪੁੱਛ ਰਹੇ ਕੱਲ੍ਹ ਅਸੀਂ ਪੋਲੀਟੀਕਲ ਆਪਣੀ ਸਾਰੀ ਜਗ੍ਹਾ 'ਤੇ ਪ੍ਰਧਾਨ ਜੀ ਆਪਣੀ ਜਗ੍ਹਾ ਜਾ ਰਹੇ ਨੇ ਮੈਂ ਜਾ ਰਿਹਾ ਸੀਨੀਅਰ ਲੀਡਰਸ਼ਿਪ ਸਾਰੇ ਪੰਜਾਬ ਅੱਜ ਦੇ ਰਾਜਨੀਤਿਕ ਜਿਹੜੇ ਹਾਲਾਤ ਆ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਤੁਹਾਨੂੰ ਯਾਦ ਹੋਏਗਾ ਗਵਰਨਰ ਦੇ ਐਡਰੈਸ 'ਤੇ ਮੈਂ ਇਹ ਗੱਲ ਬਕਾਇਦਾ ਤੌਰ ਮੌਜੂਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਇਹ ਗੱਲ ਕਹੀ ਸੀ ਭਗਵੰਤ ਮਾਨ ਜੀ 1846 ਦੇ ਵਿੱਚ ਜਿਹੜੀ ਗਲਤੀ ਤੁਸੀਂ ਕੀਤੀ ਹੈ ਅਤੇ ਕਰਨੋਂ ਜਾ ਰਹੇ ਹੋ ਇਹੀ ਕਿਸੇ ਟਾਈਮ 'ਤੇ ਇਤਿਹਾਸਿਕ ਗਲਤੀ ਰਾਣੀ ਜਿੱਦਾਂ ਕੁਮਰ ਹੋਈ ਜਦੋਂ ਮਹਾਰਾਜਾ ਰਣਜੀਤ ਸਿੰਘ ਹੋਣਾ ਦੀ ਡੈਥ ਤੋਂ ਬਾਅਦ 1839 'ਚੋਂ ਪੂਰੇ ਹੁੰਦੇ ਨੇ 1846 ਵਿੱਚ ਜਦੋਂ ਆਪਸੀ ਖਾਨਾ ਜੰਗੀ ਸ਼ੁਰੂ ਹੋਈ ਉਸ ਘਬਰਾਹਟ ਦੇ ਵਿੱਚ ਰਾਣੀ ਜਿੰਦਾਂ ਕੋ ਈਸਟ ਇੰਡੀਆ ਕੰਪਨੀ ਨੇ ਇੱਕ ਚਿੱਠੀ ਲਿਖਵਾਈ ਸੀ ਕਿ ਲਾਹੌਰ ਦੇ ਵਾਸੀਆਂ ਨੂੰ ਮਹਾਰਾਜਾ ਦਲੀਪ ਸਿੰਘ ਨੂੰ ਜਿਹੜਾ ਇਕਲੌਤੀ ਉਸ ਟਾਈਮ ਜਿਹੜਾ ਉਹਨਾਂ ਦਾ ਬੇਟਾ ਛੋਟੀ ਉਮਰ ਦਾ ਸੀ ਜਿਹਦਾ ਜਨਮ 1838 ਵਿੱਚ ਹੋਇਆ ਸੀ 6-7 ਸਾਲ ਦਾ ਉਹਦੀ ਜ਼ਿੰਦਗੀ ਅਤੇ ਰਾਣੀ ਜਿੰਦਾਂ ਦੀ ਜ਼ਿੰਦਗੀ ਨੂੰ ਸੇਫਗਾਰਡ ਕਰਨ ਵਾਸਤੇ ਸੱਦਾ ਦਿੱਤਾ ਗਿਆ ਸੀ
ਤੇ ਤਿੰਨਾਂ ਸਾਲਾਂ 'ਚ ਹਿਸਟੋਰੀਕਲੀ 1849 ਦੇ ਵਿੱਚ ਖਾਲਸਾ ਰਾਜ ਤੋਂ ਕਬਜ਼ਾ ਕਰ ਗਏ। ਮੈਂ ਗੱਲ ਕਹੀ ਸੀ ਤੁਸੀਂ ਦਿੱਲੀ ਹੁਣੇ ਹੋ ਕੇ ਆਏ, ਹੁਣੇ ਤੁਸੀਂ ਮਦਰ ਸੈਂਟਰ ਸਰਕਾਰ ਦੀ ਲਈ ਹੈ। ਇਹ ਜਿਹੜੀ ਇੱਥੇ ਪਹਿਲਾਂ ਮਿਲਟਰੀ ਫੋਰਸਿਸ ਆਈਆਂ ਨੇ, ਇਹ ਹੁਣ 18 ਕੰਪਨੀਆਂ ਤੁਸੀਂ ਮੰਗੀਆਂ ਨੇ, 19,000 ਬੰਦਾ ਮੰਗਿਆ, 80,000 ਤੁਹਾਡੇ ਕੋਲ ਪੁਲਿਸ ਫੋਰਸ ਹੈ, 19 ਇਹ ਆ ਗਿਆ। ਅੱਜ ਲੋਕਤੰਤਰ ਦੀ ਲੋਕਤੰਤਰ ਦਾ ਘਾਣ ਕਰਨ ਵਾਲੀ ਸਰਕਾਰ ਜਿਹੜੀ ਸੈਂਟਰ ਸਰਕਾਰ ਭਾਜਪਾ ਦੀ ਸਰਕਾਰ ਹੈ, ਉਸ ਨੂੰ ਨਰਿੰਦਰ ਮੋਦੀ ਦੇ ਖਿਲਾਫ ਅਸੀਂ ਅੱਜ ਇੱਥੇ ਰੋਸ ਮਾਰਚ ਕੱਢਣ ਲੱਗੇ ਹਾਂ, ਜਿਸ ਦੇ ਵਿੱਚ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ, ਹਰੀਸ਼ ਚੌਧਰੀ ਪ੍ਰਭਾਰੀ ਜੋ ਪੰਜਾਬ ਦੇ, ਰਾਜਾ ਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ, ਸਾਡੇ ਸਾਬਕਾ ਡਿਪਟੀ ਸੀ ਐਮ ਸ਼੍ਰੀ ਅਸ਼ਵਨੀ ਕੁਮਾਰ, ਸਾਬਕਾ ਡਿਪਟੀ ਸੀ ਐਮ ਓਮ ਪ੍ਰਕਾਸ਼ ਸੋਨੀ ਜੀ, ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਕੁਮਾਰ ਪੱਪੂ ਜੀ, ਔਰ CLP ਦੇ ਲੀਡਰ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਜੀ ਇੱਥੇ ਪਹੁੰਚ ਰਹੇ ਨੇ, ਜੋ ਕਿ ਵਰਕਰਾਂ ਦੇ ਵਿੱਚ ਜਿਸ ਤਰ੍ਹਾਂ ਦਾ ਉਤਸ਼ਾਹ ਹੈ ਅਤੇ ਉਸ ਦੇ ਨਾਲ ਇੱਕ ਰੋਸ ਵੀ ਹੈ ਕਿ ਜੋ ਕਿ ਲੋਕਤੰਤਰ ਦੀ ਹੱਤਿਆ ਕਰਨ ਵਾਲਾ ਨਰਿੰਦਰ ਮੋਦੀ ਜੋ ਕਿ ਅੱਜ ਆਪਣੇ ਮੁਤਾਬਕ ਸਰਕਾਰ ਚਲਾ ਰਿਹਾ ਹੈ, ਔਰ ਉਸਦੇ ਮੁਤਾਬਕ ਉਸਨੇ ਰਾਹੁਲ ਗਾਂਧੀ ਨਾਲ ਜੋ ਧੱਕਾ ਕੀਤਾ ਹੈ, ਆਪਾਂ ਇਹੋ ਹੀ ਕਹਿਣਾ ਚਾਹਾਂਗੇ ਲੋਕਤੰਤਰ ਦੇ ਵਿੱਚ ਆਪਾਂ ਲੋਕਤੰਤਰ ਦੀ ਹੱਤਿਆ ਨਹੀਂ ਹੋਣ ਦੇਵਾਂਗੇ, ਆਪਾਂ ਪੁਰਜ਼ੋਰ ਮੰਗ ਕਰਦੇ ਹਾਂ ਔਰ ਰੋਜ਼ ਮਾਰਚ ਕੱਢਾਂਗੇ ਸੜਕਾਂ ਦੇ ਉੱਤੇ ਆ ਕੇ। ਕਾਂਗਰਸ ਪਾਰਟੀ ਦਾ ਇੱਕ ਇੱਕ ਵਰਕਰ, ਅੱਜ ਵੇਖੋ ਕਿੰਨਾ ਉਤਸ਼ਾਹ, ਚਾਰੇ ਪਾਸੇ ਵਰਕਰ ਹੁੰਮਾ ਕੇ ਇੱਥੇ ਪਹੁੰਚਿਆ, ਕਿਉਂਕਿ ਨਰਿੰਦਰ ਮੋਦੀ ਦੀ ਤਾਨਾਸ਼ਾਹੀ ਹੁਣ ਜ਼ਿਆਦਾ ਦੇਰ ਤੱਕ ਨਹੀਂ ਚੱਲੀ ਜਾਏਗੀ। ਇਹਨਾਂ ਸ਼ਬਦਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਜਸਵਿੰਦਰ ਸਿੰਘ ਸ਼ੇਰਗਿੱਲ, ਬਲਾਕ ਪ੍ਰਧਾਨ ਕਾਂਗਰਸ ਕਮੇਟੀ ਸਾਊਥ ਵਾਰਡ, ਅੱਜ ਦਾ ਸਾਡਾ ਇਹ ਰੋਜ਼ ਪ੍ਰੋਟੈਸਟ ਜੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ RSS ਨੇ ਜੋ ਸੰਵਿਧਾਨ ਨੂੰ ਖਤਮ ਕਰਨ ਦਾ ਇੱਕ ਉਪਰਾਲਾ ਕੀਤਾ ਜਾ ਰਿਹਾ, ਔਰ ਸ਼੍ਰੀ ਰਾਹੁਲ ਗਾਂਧੀ ਜੀ ਔਰ ਕਾਂਗਰਸ ਹਾਈ ਕਮਾਨ ਵੱਲੋਂ ਉਸ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੇ ਲਈ ਪੂਰੇ ਹਿੰਦੁਸਤਾਨ ਦੇ ਵਿੱਚ ਹੀ ਇੱਕ ਲਹਿਰ ਕ੍ਰੀਏਟ ਕੀਤੀ ਜਾਏਗੀ, ਇੱਕ ਲਹਿਰ ਦੀ ਸ਼ੁਰੂਆਤ ਕੀਤੀ ਜਾ ਰਹੀ ਜੀ। ਮੈਂ ਸੰਜੀਵ ਕੁਮਾਰ, ਵਾਈਸ ਪ੍ਰੈਜ਼ੀਡੈਂਟ ਕਾਂਗਰਸ ਕਮੇਟੀ ਅੰਮ੍ਰਿਤਸਰ। ਅੱਜ ਹਿੰਦੁਸਤਾਨ ਦੇ ਵਿੱਚ ਸੰਵਿਧਾਨ ਦਾ ਕਤਲ ਕਰਨ ਵਾਲੇ ਪਹਿਲੇ ਸ਼ਖਸ ਨਰਿੰਦਰ ਮੋਦੀ ਜੀ ਹੋਏ ਨੇ, ਜਿਨ੍ਹਾਂ ਸੰਵਿਧਾਨ ਦਾ ਕਤਲ ਕੀਤਾ ਵੈ। ਇਹ ਰਾਹੁਲ ਗਾਂਧੀ ਜੀ 'ਤੇ ਹਮਲਾ ਨਹੀਂ ਹੋਇਆ, ਇਹ ਰਾਹੁਲ ਗਾਂਧੀ ਜੀ ਲਈ ਸੰਵਿਧਾਨ ਨਹੀਂ ਪਾੜਿਆ ਗਿਆ, ਇਹ ਭੀਮ ਰਾਓ ਅੰਬੇਦਕਰ ਜੀ ਬਣਾਏ ਸੰਵਿਧਾਨ ਦੀਆਂ ਤੱਜੀਆਂ ਡਾਈਆਂ ਗਈਆਂ ਨੇ। ਇਹ ਬਾਬਾ ਰਾਓ ਭੀਮ ਰਾਓ ਅੰਬੇਦਕਰ ਸਾਹਿਬ ਜਿਨ੍ਹਾਂ ਨੇ ਦਿਨ ਰਾਤ ਕਰਕੇ ਆਪਣੇ ਹਿੰਦੁਸਤਾਨ ਨੂੰ ਇੱਕ ਲੜੀ ਸੰਵਿਧਾਨ ਰਾਹੀਂ ਪਰੋਇਆ ਸੀ, ਅੱਜ ਮੋਦੀ ਸਾਹਿਬ ਨੇ ਉਹਦਾ ਪੰਨਾ ਪੰਨਾ ਖਾੜ ਦਿੱਤਾ ਵੈ, ਪੰਨਾ ਪੰਨਾ ਰੋਲ।